ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ 3704 ਮਾਸਟਰ ਕੈਡਰ ਦੇ ਸਟੇਸ਼ਨ ਅਲਾਟਮੈਂਟ ਨਾਲ ਸੰਬੰਧਿਤ ਅਪਡੇਟ ਆਇਆ ਉਮੀਦ ਕਰਦੇ ਆ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚ ਚੁੱਕੀ ਹੋਵੇਗੀ ਇਹਦੇ ਵਿੱਚ ਕੀ ਜਾਣਕਾਰੀ ਦਿੱਤੀ ਹੈ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜਾ ਕਿ 28 ਫਰਵਰੀ 2020 ਤੇ 25 10 2020 ਨੂੰ ਐਡਵਰਟਾਈਜ਼ਮੈਂਟ ਦਿੱਤਾ ਗਿਆ ਸੀਗਾ ਤੇ ਸਿਲੈਕਟ ਹੋਏ ਸੀ ਉਮੀਦਵਾਰ ਉਹਨਾਂ ਨੂੰ ਅਲੱਗ-ਅਲੱਗ ਤਰੀਕਾਂ ਤੇ ਬੁਲਾਇਆ ਗਿਆ ਸੀਗਾ ਉਹ ਦਿੱਤੀਆਂ ਹੋਈਆਂ ਨੇ ਸਕਰੀਨ ਤੇ ਤੁਸੀਂ ਦੇਖੋਗੇ ਤੇ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦੇ ਦਿੱਤੇ ਗਏ। ਹੁਣ ਇਹਦੇ ਵਿੱਚ ਇਹ ਗੱਲ ਆ ਕਿ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਨੇ ਤੇ ਸਟੇਸਾ ਅਲਾਉਟ ਕੀਤੇ ਜਾਣੇ ਹਨ ਤੇ ਇਹਦੇ ਸਬੰਧਤ ਦੇ ਵਿੱਚ ਅਲੱਗ-ਅਲੱਗ ਕੈਟਾਗਰੀਜ਼ ਨੂੰ ਪਹਿਲ ਦਿੱਤੀ ਜਾਵੇਗੀ ਸਟੇਸ਼ਨ ਚੁਆਇਸ ਦੇ ਵਿੱਚ ਤੇ ਉਹ ਕਿਹੜੀ-ਕਿਹੜੀ ਕੈਟਾਗਰੀਜ਼ ਜਿਦੇ ਵਿੱਚ ਸਭ ਤੋਂ ਪਹਿਲਾਂ ਵਿਧਵਾ ਕੇਸ ਦੂਜੇ ਦੇ ਵਿੱਚ ਕੈਂਸਰ ਦੇ ਮਰੀਜ਼, ਖਰਾਬ ਗੱਡਨੀ ਮਰੀਜ਼ ਤੇ ਤੀਜਾ ਹੈ ਸਾਡੇ ਕੋਲੇ ਜਿਨ੍ਹਾਂ ਦੇ ਬੱਚੇ 60% ਤੋਂ ਵੱਧ ਡਿਸੇਬਲਡ ਨੇ ਠੀਕ ਹੈ ਜੀ ਦੇਖ ਹੀ ਸਕਦੇ ਹੋ ਸਕਰੀਨ ਤੇ ਤੁਸੀਂ ਜਿਹੜੇ ਵੀ ਇਸ categories ਅਧੀਨ ਲਾਭ ਲੈਣਾ ਚਾਹੁੰਦੇ ਨੇ ਉਹ category ਦੇ ਨਾਲ ਸੰਬੰਧਿਤ ਦਸਤਾਵੇਜ਼ ਸਮੇਤ ਨਿਯੁਕਤੀ ਪੱਤਰ ਦੀ ਕਾਪੀ PDF ਤਿਆਰ ਕਰਕੇ ਈਮੇਲ ਆਈਡੀ ਦਿੱਤੀ ਗਈ ਹੈ ਜੀ ਉਹਦੇ ਤੇ 9:04 ਦੁਪਹਿਰ 2 ਵਜੇ ਤੱਕ ਭੇਜਣਗੇ ਤੇ ਉਸ ਤੋਂ ਬਾਅਦ ਭੇਜਿਆ ਗਿਆ ਕੋਈ ਵੀ ਜਿਹੜਾ ਈਮੇਲ ਹੋਵੇਗਾ ਉਹ ਵਿਚਾਰਿਆ ਨਹੀਂ ਜਾਵੇਗਾ ਤੇ ਇਹਨਾਂ ਵੱਲੋਂ ਭੇਜੇ ਜਾਣ ਵਾਲੇ ਦਸਤਾਵੇਜ਼ ਵੈਰੀਫਾਈ ਹੋਣਗੇ ਤੇ ਉਪਰੰਤ ਇਹਨਾਂ ਅਧਿਆਪਕਾਂ ਨੂੰ ਅਪਰੋਖਤ ਕੈਟਾਗਰੀ ਵਿੱਚ ਪਹਿਲ ਦੇ ਆਧਾਰ ਤੇ ਸਟੇਸ਼ਨ ਚੋਣ ਲਈ ਵਿਚਾਰ ਕੀਤਾ ਜਾਵੇਗਾ ਤੇ ਇਹ ਵੀ ਸਪਸ਼ਟ ਕੀਤਾ ਜਾਂਦਾ ਕਿ ਨੋਟਿਸ ਜਾਰੀ ਕਰਨ ਦਾ ਅਪਰੋਖਤ ਕੈਟਾਗਰੀ ਦੇ ਅਧਿਆਪਕਾਂ ਦਾ ਪਹਿਲਾਂ ਸਟੇਸ਼ਨ ਲੈਣ ਦਾ ਹੱਕ ਨਹੀਂ ਬਣ ਜਾਂਦਾ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਸਟੇਸ਼ਨ ਅਲਾਟ ਕਰਨ ਜਾਂ ਨਾ ਕਰਨ ਬਾਰੇ ਜੋ ਵੀ ਵਿਭਾਗ ਵੱਲੋਂ ਫੈਸਲਾ ਕੀਤਾ ਜਾਵੇਗਾ ਉਹ ਆਖਰੀ ਹੋਵੇਗਾ ਇਹ ਜਾਣਕਾਰੀ ਉਹਨਾਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਤੇ ਅੱਜ 8 ਤਰੀਕ ਦੇ ਵਿੱਚ ਆਇਆ ਤੇ ਜ਼ਰੂਰੀ ਆ ਕਿ ਸਟੇਸ਼ਨ ਅਲੋਟਮੈਂਟ ਬਹੁਤ ਜਲਦ ਹੋਣ ਜਾ ਰਹੇ ਨੇ ਤੇ ਇਹਦੇ ਵਿੱਚ ਇਹ ਜਾਣਕਾਰੀ ਜਿਹੜੀ ਇਹ ਕੈਟਾਗਰੀ ਦੇ ਅਧੀਨ ਆਉਂਦੇ ਨੇ ਉਹਨਾਂ ਤੱਕ ਜ਼ਰੂਰ ਪਹੁੰਚਦੀ ਕਰਿਓ ਹੋਰ ਕੋਈ ਵੀ ਅਪਡੇਟ ਆਉਂਦਾ ਆਪਣੇ ਕੋਲੇ ਆਪਾਂ ਲੈ ਕੇ ਆਵਾਂਗੇ ਬਹੁਤ ਜਲਦ ਨਵੀਂ ਵੀਡੀਓ ਨਾਲ ਫਿਰ ਮਿਲਾਂਗੇ ਖਾਸ ਤੇ ਵਾਦ ਦੇ